ਲਗਾਤਾਰ ਪਏ ਮੀਂਹ ਨੇ ਜਿੱਥੇ ਸ਼ਹਿਰਾਂ ਦੇ ਸ਼ਹਿਰ ਡੁਬਾ ਦਿੱਤੇ ਨੇ ਤਾਂ ਉੱਥੇ ਹੁਣ ਧਾਰਮਿਕ ਸਥਾਨ ਵੀ ਇਸ ਪਾਣੀ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ। ਤਸਵੀਰਾਂ ਸੋਮਨਾਥ ਮੰਦਿਰ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਚਾਰੇ ਪਾਸੇ ਪਾਣੀ ਭਰਿਆ ਹੋਇਆ ਹੈ। ਇੱਥੋਂ ਤੱਕ ਕਿ ਇਸ ਮੰਦਿਰ ਦੇ ਨਾਲ ਲੱਗਦੀ ਮਾਰਕੀਟ ਵੀ ਸਵਿਮਿੰਗ ਪੂਲ ਬਣ ਗਈ ਹੈ, ਜਿਸ ਵਿੱਚੋਂ ਸ਼ਰਧਾਲੂਆਂ ਦਾ ਤੇ ਲੋਕਾਂ ਦਾ ਲੰਘਣਾ ਕਾਫੀ ਔਖਾ ਹੋ ਗਿਆ ਹੈ। ਦੁਕਾਨਦਾਰ ਵੀ ਦੁਕਾਨਾਂ 'ਚ ਫਸ ਗਏ ਨੇ ਕਿਉਂਕਿ ਪਾਣੀ ਦੁਕਾਨਾਂ ਦੇ ਅੰਦਰ ਤੱਕ ਜਾ ਚੁੱਕਿਆ ਹੈ। ਦਾਜੀ ਕਿ ਗੁਜਰਾਤ ਦੀਆਂ ਇਹ ਤਸਵੀਰਾਂ ਨੇ ਤੇ ਗੁਜਰਾਤ ਦੇ ਵਿੱਚ ਵੀ ਭਾਰੀ ਬਰਸਾਤ ਹੋਈ ਹੈ ਲਗਾਤਾਰ ਪਏ ਮੀਂਹ ਤੋਂ ਬਾਅਦ। ਦੇਖੋ ਕੀ ਹਾਲ ਹੋਇਆ ਹੋਇਆ ਸ਼ਹਿਰਾਂ ਦਾ, ਜਿੱਥੇ ਇੱਕ ਪਾਸੇ ਤਾਂ ਸੜਕਾਂ ਤੇ ਪਾਣੀ ਭਰਿਆ ਹੋਇਆ, ਦੂਜੇ ਪਾਸੇ ਸੋਮਨਾਥ ਮੰਦਿਰ ਜਿੱਥੇ ਲੱਖਾਂ ਸ਼ਰਧਾਲੂ ਆਉਂਦੇ ਨੇ ਮੱਥਾ ਟੇਕਣ, ਇੱਥੇ ਮੰਦਿਰ ਜਿਹੜਾ ਹੈ ਪਾਣੀ ਦੇ ਵਿੱਚ ਘਿਰਿਆ ਹੋਇਆ ਹੈ ਤੇ ਇਹਦੇ ਨਾਲ ਲੱਗਦੀ ਮਾਰਕੀਟ ਜਿੱਥੋਂ ਸਾਰਾ ਪੂਜਾ ਦਾ ਸਮਾਨ, ਮਿਠਾਈਆਂ, ਭੋਗ ਦਾ ਸਮਾਨ ਇਹ ਸਭ ਕੁਝ ਮਿਲਦਾ, ਤਾਂ ਮਾਰਕੀਟ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਹੈ, ਸਵਿਮਿੰਗ ਪੂਲ ਬਣ ਗਈ ਹੈ ਜਿਸ ਵਿੱਚੋਂ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਰਿਹਾ ਹੈ। ਸ਼ਰਧਾਲੂ ਵੀ ਇੱਥੇ ਜੋ ਮੰਦਿਰ ਨੂੰ ਆਉਂਦੇ ਨੇ ਵਿਚਾਲੇ ਫਸੇ ਹੋਏ ਨੇ, ਜਿਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਾਣੀ ਇਸ ਕਦਰ ਭਰਿਆ ਹੋਇਆ ਇਸ ਮਾਰਕੀਟ ਦੇ ਵਿੱਚ ਕਿ ਪੰਪ ਲਗਾ ਕੇ ਬਾਹਰ ਕੱਢਣਾ ਪੈ ਰਿਹਾ ਹੈ, ਤਾਂ ਜੋ ਲੋਕ ਜੋ ਫਸੇ ਹੋਏ ਨੇ ਪਾਣੀ ਦੇ ਵਿੱਚ ਤੇ ਜੋ ਗੱਡੀਆਂ ਬੰਦ ਪਈਆਂ ਨੇ ਪਾਣੀ ਦੇ ਵਿੱਚ ਉਹ ਵੀ ਇੱਥੋਂ ਕੱਢੀਆਂ ਜਾ ਸਕਣ। ਸੋ ਇਹ ਤਸਵੀਰਾਂ ਗੁਜਰਾਤ ਦੀਆਂ ਨੇ। ਗੁਜਰਾਤ ਦੇ ਵਿੱਚ ਵੀ ਭਾਰੀ ਬਰਸਾਤ ਹੋਈ ਹੈ, ਸੜਕਾਂ ਦੇ ਉੱਤੇ ਵੀ ਪਾਣੀ ਭਰਿਆ ਹੋਇਆ ਹੈ ਤੇ ਇੱਧਰ ਸੋਮਨਾਥ ਮੰਦਿਰ ਹੈ ਜਿੱਥੇ ਸ਼ਰਧਾਲੂ ਰੋਜ਼ਾਨਾ ਹੀ ਮੱਥਾ ਟੇਕਣ ਦੇ ਲਈ ਆਉਂਦੇ ਨੇ, ਤਾਂ ਉਹ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਮੰਦਿਰ ਦੇ ਵਿੱਚ ਚਾਰੇ ਪਾਸੇ ਪਾਣੀ ਭਰ ਚੁੱਕਿਆ ਹੈ। ਇੱਥੇ ਨਾਲ ਲੱਗਦੀ ਮਾਰਕੀਟ ਜਿੱਥੋਂ ਇਹ ਸ਼ਰਧਾਲੂ ਪੂਜਾ ਦਾ ਸਮਾਨ ਲੈਂਦੇ ਨੇ, ਭੋਗ ਦਾ ਸਮਾਨ ਲੈਂਦੇ ਨੇ, ਪ੍ਰਸ਼ਾਦ ਲੈਂਦੇ ਨੇ, ਤਾਂ ਇਸ ਥਾਂ ਤੇ ਵੀ ਇਸ ਕਦਰ ਪਾਣੀ ਭਰਿਆ ਹੋਇਆ ਹੈ ਕਿ ਮਾਰਕੀਟ ਪੂਰੀ ਸਵਿਮਿੰਗ ਪੂਲ ਬਣ ਗਈ ਹੈ, ਜਿਸ ਨੂੰ ਪਾਰ ਕਰਨਾ ਔਖਾ ਹੋ ਗਿਆ ਹੈ ਤੇ ਦੁਕਾਨਾਂ ਦੇ ਅੰਦਰ ਤੱਕ ਪਾਣੀ ਵੜਿਆ ਹੋਇਆ, ਜਿਸ ਕਰਕੇ ਸਮਾਨ ਵੀ ਦੁਕਾਨਦਾਰਾਂ ਦਾ ਖਰਾਬ ਹੋ ਰਿਹਾ ਹੈ। ਸੋ ਇੱਥੋਂ ਮਾਰਕੀਟ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਪੰਪ ਵੀ ਲਗਾਉਣਾ ਪਿਆ ਹੈ, ਪੰਪ ਲਗਾ ਕੇ ਫਿਰ ਪਾਣੀ ਬਾਹਰ ਕੱਢਿਆ ਜਾ ਰਿਹਾ ਹੈ। ਲਗਾਤਾਰ ਪਏ ਮੀਂਹ ਨੇ ਜਿੱਥੇ ਸ਼ਹਿਰਾਂ ਦੇ ਸ਼ਹਿਰ ਡੁਬਾ ਦਿੱਤੇ ਨੇ ਤਾਂ ਉੱਥੇ ਹੁਣ ਧਾਰਮਿਕ ਸਥਾਨ ਵੀ ਇਸ ਪਾਣੀ ਦੇ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਨੇ। ਤਸਵੀਰਾਂ ਸੋਮਨਾਥ ਮੰਦਿਰ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਚਾਰੇ ਪਾਸੇ ਪਾਣੀ ਭਰਿਆ ਹੋਇਆ ਹੈ। ਇੱਥੋਂ ਤੱਕ ਕਿ ਇਸ ਮੰਦਿਰ ਦੇ ਨਾਲ ਲੱਗਦੀ ਮਾਰਕੀਟ ਵੀ ਸਵਿਮਿੰਗ ਪੂਲ ਬਣ ਗਈ ਹੈ, ਜਿਸ ਵਿੱਚੋਂ ਸ਼ਰਧਾਲੂਆਂ ਦਾ ਤੇ ਲੋਕਾਂ ਦਾ ਲੰਘਣਾ ਕਾਫੀ ਔਖਾ ਹੋ ਗਿਆ ਹੈ। ਦੁਕਾਨਦਾਰ ਵੀ ਦੁਕਾਨਾਂ 'ਚ ਫਸ ਗਏ ਨੇ ਕਿਉਂਕਿ ਪਾਣੀ ਦੁਕਾਨਾਂ ਦੇ ਅੰਦਰ ਤੱਕ ਜਾ ਚੁੱਕਿਆ ਹੈ। ਦੱਸ ਕਿ ਗੁਜਰਾਤ ਦੀਆਂ ਇਹ ਤਸਵੀਰਾਂ ਨੇ ਤੇ ਗੁਜਰਾਤ ਦੇ ਵਿੱਚ ਵੀ ਭਾਰੀ ਬਰਸਾਤ ਹੋਈ ਹੈ ਲਗਾਤਾਰ ਪਏ ਮੀਂਹ ਤੋਂ ਬਾਅਦ। ਦੇਖੋ ਕੀ ਹਾਲ ਹੋਇਆ ਹੋਇਆ ਸ਼ਹਿਰਾਂ ਦਾ, ਜਿੱਥੇ ਇੱਕ ਪਾਸੇ ਤਾਂ ਸੜਕਾਂ ਤੇ ਪਾਣੀ ਭਰਿਆ ਹੋਇਆ, ਦੂਜੇ ਪਾਸੇ ਸੋਮਨਾਥ ਮੰਦਿਰ ਜਿੱਥੇ ਲੱਖਾਂ ਸ਼ਰਧਾਲੂ ਆਉਂਦੇ ਨੇ ਮੱਥਾ ਟੇਕਣ, ਇੱਥੇ ਮੰਦਿਰ ਜਿਹੜਾ ਹੈ ਪਾਣੀ ਦੇ ਵਿੱਚ ਘਿਰਿਆ ਹੋਇਆ ਹੈ ਤੇ ਇਹਦੇ ਨਾਲ ਲੱਗਦੀ ਮਾਰਕੀਟ ਜਿੱਥੋਂ ਸਾਰਾ ਪੂਜਾ ਦਾ ਸਮਾਨ, ਮਿਠਾਈਆਂ, ਭੋਗ ਦਾ ਸਮਾਨ ਇਹ ਸਭ ਕੁਝ ਮਿਲਦਾ, ਤਾਂ ਮਾਰਕੀਟ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਹੈ, ਸਵਿਮਿੰਗ ਪੂਲ ਬਣ ਗਈ ਹੈ ਜਿਸ ਵਿੱਚੋਂ ਲੋਕਾਂ ਨੂੰ ਲੰਘਣਾ ਮੁਸ਼ਕਿਲ ਹੋ ਰਿਹਾ ਹੈ। ਸ਼ਰਧਾਲੂ ਵੀ ਇੱਥੇ ਜੋ ਮੰਦਿਰ ਨੂੰ ਆਉਂਦੇ ਨੇ ਵਿਚਾਲੇ ਫਸੇ ਹੋਏ ਨੇ, ਜਿਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਪਾਣੀ ਇਸ ਕਦਰ ਭਰਿਆ ਹੋਇਆ ਇਸ ਮਾਰਕੀਟ ਦੇ ਵਿੱਚ ਕਿ ਪੰਪ ਲਗਾ ਕੇ ਬਾਹਰ ਕੱਢਣਾ ਪੈ ਰਿਹਾ ਹੈ, ਤਾਂ ਜੋ ਲੋਕ ਜੋ ਫਸੇ ਹੋਏ ਨੇ ਪਾਣੀ ਦੇ ਵਿੱਚ ਤੇ ਜੋ ਗੱਡੀਆਂ ਬੰਦ ਪਈਆਂ ਨੇ ਪਾਣੀ ਦੇ ਵਿੱਚ ਉਹ ਵੀ ਇੱਥੋਂ ਕੱਢੀਆਂ ਜਾ ਸਕਣ। ਸੋ ਇਹ ਤਸਵੀਰਾਂ ਗੁਜਰਾਤ ਦੀਆਂ ਨੇ। ਗੁਜਰਾਤ ਦੇ ਵਿੱਚ ਵੀ ਭਾਰੀ ਬਰਸਾਤ ਹੋਈ ਹੈ, ਸੜਕਾਂ ਦੇ ਉੱਤੇ ਵੀ ਪਾਣੀ ਭਰਿਆ ਹੋਇਆ ਹੈ ਤੇ ਇੱਧਰ ਸੋਮਨਾਥ ਮੰਦਿਰ ਹੈ ਜਿੱਥੇ ਸ਼ਰਧਾਲੂ ਰੋਜ਼ਾਨਾ ਹੀ ਮੱਥਾ ਟੇਕਣ ਦੇ ਲਈ ਆਉਂਦੇ ਨੇ, ਤਾਂ ਉਹ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਨੇ ਕਿਉਂਕਿ ਮੰਦਿਰ ਦੇ ਵਿੱਚ ਚਾਰੇ ਪਾਸੇ ਪਾਣੀ ਭਰ ਚੁੱਕਿਆ ਹੈ। ਇੱਥੇ ਨਾਲ ਲੱਗਦੀ ਮਾਰਕੀਟ ਜਿੱਥੋਂ ਇਹ ਸ਼ਰਧਾਲੂ ਪੂਜਾ ਦਾ ਸਮਾਨ ਲੈਂਦੇ ਨੇ, ਭੋਗ ਦਾ ਸਮਾਨ ਲੈਂਦੇ ਨੇ, ਪ੍ਰਸ਼ਾਦ ਲੈਂਦੇ ਨੇ, ਤਾਂ ਇਸ ਥਾਂ ਤੇ ਵੀ ਇਸ ਕਦਰ ਪਾਣੀ ਭਰਿਆ ਹੋਇਆ ਹੈ ਕਿ ਮਾਰਕੀਟ ਪੂਰੀ
ਸਵਿਮਿੰਗ ਪੂਲ ਬਣ ਗਈ ਹੈ ਜਿਸ ਨੂੰ ਪਾਰ ਕਰਨਾ ਔਖਾ ਹੋ ਗਿਆ ਹੈ ਤੇ ਦੁਕਾਨਾਂ ਦੇ ਅੰਦਰ ਤੱਕ ਪਾਣੀ ਵੜਿਆ ਹੋਇਆ ਜਿਸ ਕਰਕੇ ਸਮਾਨ ਵੀ ਦੁਕਾਨਦਾਰਾਂ ਦਾ ਖਰਾਬ ਹੋ ਰਿਹਾ ਹੈ। ਸੋ ਇੱਥੋਂ ਮਾਰਕੀਟ ਦੇ ਵਿੱਚੋਂ ਪਾਣੀ ਕੱਢਣ ਦੇ ਲਈ ਪੰਪ ਵੀ ਲਗਾਉਣਾ ਪਿਆ ਹੈ, ਪੰਪ ਲਗਾ ਕੇ ਫਿਰ ਪਾਣੀ ਬਾਹਰ ਕੱਢਿਆ ਜਾ ਰਿਹਾ ਹੈ।